ਧੰਨਵਾਦ ਸਾਰਿਆਂ ਦਾ ਮਿੱਤਰਾਂ ਪਿਆਰਿਆਂ ਦਾ ਜਿੰਨੇ ਦੂਰੋਂ ਨੇੜਿਓਂ ਚੱਲ ਇੱਥੇ ਆਏ ਸੀ ਧੰਨਵਾਦ ਸਾਰਿਆਂ ਦਾ ਮਿੱਤਰਾਂ ਪਿਆਰਿਆਂ ਦਾ ਜਿੰਨੇ ਦੂਰੋਂ ਨੇੜਿਓਂ ਚੱਲ ਇੱਥੇ ਆਏ ਸੀ ਧੰਨਵਾਦ ਤੁਹਾਡਾ ਤੁਸੀਂ ਲਾਤੀਆਂ ਰੌਣਕਾਂ ਰੌਣਕਾਂ ਦੇ ਨਾਲ ਜਾਂਦੇ ਜਸ਼ਨ ਮਨਾਏ ਜੀ ਇੱਕ ਆਵਾਜ਼ ਮਾਰੀ ਤੁਸੀਂ ਪਹੁੰਚ ਗਏ ਵਹੀਰਾਂ ਕੱਤ ਮਾਣ ਸਾਡਾ ਰੱਖਿਆ ਮਾਣ ਸਾਡਾ ਰੱਖਿਆ ਅਤੇ ਹੌਸਲੇ ਵਧਾਏ ਜੀ ਜਸ ਪੰਜਾਬੀ ਦੇ ਸੀ ਪੂਰੇ ਹੋਏ 13 ਸਾਲ ਜਸ ਪੰਜਾਬੀ ਦੇ ਸੀ ਪੂਰੇ ਹੋਏ 13 ਸਾਲ ਧੰਨਵਾਦ ਤੁਹਾਡਾ ਤੁਸੀਂ ਹੌਸਲੇ ਵਧਾਏ ਜੀ ਧੰਨਵਾਦ ਤੁਹਾਡਾ ਤੁਸੀਂ ਚੱਲ ਇੱਥੇ ਆਏ ਜੀ ਮੈਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਅਗਰ ਗੱਲ ਕਰਾਂ ਤਾਂ ਮੇਰਾ ਫਰਜ਼ ਬਣਦਾ ਧੰਨਵਾਦ ਕਰਨਾ ਤੁਹਾਡਾ ਸਭ ਦਾ ਕਿ ਤੁਸੀਂ ਜਿਹੜਾ ਸਾਡਾ ਫੰਕਸ਼ਨ ਸੀਗਾ ਉੱਥੇ ਵੱਧ ਚੜ੍ਹ ਕੇ ਪੂਰਾ ਹਿੱਸਾ ਲਿਆ ਔਰ ਘਰਾਂ ਵਿੱਚ ਬੈਠੇ ਦਰਸ਼ਕਾਂ ਨੇ ਲਾਈਵ ਇਹਦਾ ਆਨੰਦ ਮਾਣਿਆ ਬਾਕੀ ਇੱਕ ਦੋ ਗੱਲਾਂ ਜਿਹੜੀਆਂ ਹੈਗੀਆਂ ਉਹ ਮੈਂ ਬੈਠ ਕੇ ਸਾਂਝੀਆਂ ਕਰਦਾ ਤੁਹਾਡੇ ਨਾਲ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਰਹੀ ਸਾਡੀ ਪ੍ਰਾਪਤੀ ਮੈਂ ਸਮਝਦਾ ਜਸ ਪੰਜਾਬੀ ਦੀ ਮਾਣ ਵਾਲੀ ਗੱਲ ਇਹ ਰਹੀ ਵੀ ਜਿੱਥੇ ਦੂਰੋਂ ਨੇੜਿਓਂ ਬਹੁਤ ਸਾਰੇ ਮਹਿਮਾਨ ਸਾਡੇ ਚੱਲ ਕੇ ਆਏ ਉੱਥੇ ਹੀ ਇੱਥੇ ਆ ਕੇ ਹੌਸਲਾ ਸਾਡਾ ਵਧਾਇਆ ਜਗ੍ਹਾ ਤੁਸੀਂ ਦੇਖਿਆ ਸੀ ਲਾਈਵ ਦੇ ਵਿੱਚ ਥੋੜ੍ਹੇ ਜਿਹਾ ਟਾਈਟ ਸੀਗੀ ਕਿਉਂਕਿ ਟੈਂਟ ਸਟੂਡੀਓ ਦੇ ਬਾਹਰ ਹੀ ਲਾਇਆ ਸੀਗਾ ਇਸ ਕਰਕੇ ਥੋੜ੍ਹੀ ਪ੍ਰੋਬਲਮ ਤਾਂ ਆਈ ਸੀਗੀ ਪਰ ਸਭ ਨੇ ਐਡਜਸਟ ਕੀਤਾ ਸਭ ਨੇ ਆਨੰਦ ਮਾਣਿਆ ਔਰ ਪੂਰਾ ਲਗਭਗ ਪ੍ਰੋਗਰਾਮ ਦੇਖਿਆ ਪ੍ਰੋਗਰਾਮ ਸੁਣਿਆ ਪਰ ਅਸੀਂ ਅਗਰ ਗੱਲ ਕਰੀਏ ਸਾਡੇ ਜਿੰਨੇ ਵੀ ਦੋਸਤ ਮਿੱਤਰ ਚੱਲ ਕੇ ਆਈ ਸਭ ਦਾ ਧੰਨਵਾਦ ਇਸ ਗੱਲੋਂ ਵੀ ਬਣਦਾ ਹੈ ਕਿ ਅਸੀਂ ਗੱਲ ਕੀਤੀ ਸੀ ਸਾਡੀ ਸਪੋਰਟ ਦੀ ਔਰ ਸਪੋਰਟ ਦੇ ਵਿੱਚ ਜਿੱਥੇ ਕੋਈ ਕਸਰਾਂ ਨਹੀਂ ਛੱਡੀਆਂ ਉੱਥੇ ਸਾਡੇ ਵਾਸਤੇ ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਕੁਛ ਦੋਸਤ ਮਿੱਤਰ ਜਿਹੜੇ ਸਾਡੇ ਸਪੋਰਟਰ ਜਾਂ ਸਾਡੇ ਕਲਾਇੰਟ ਐਡਵਰਟਾਈਜ਼ਰ ਹੈਗੇ ਨੇ 3-4 ਜਾਣਿਆਂ ਨੇ ਤਾਂ ਸਾਈਨ ਕਰਕੇ ਖਾਲੀ ਚੈੱਕ ਫੜਾਤੇ ਲਓ ਜੀ ਭਰ ਲਓ ਜਿੰਨੇ ਭਰਨੇ ਇਦੂ ਵੱਡੀ ਸਾਡੇ ਵਾਸਤੇ ਮਾਣ ਵਾਲੀ ਗੱਲ ਨਹੀਂ ਹੋ ਸਕਦੀ ਪਰ ਅਸੀਂ ਇੱਦਾਂ ਨਹੀਂ ਕੀਤਾ ਜਿੰਨੇ ਭਰਨੇ ਉਨੇ ਭਰ ਲਓ ਜੋ ਵੀ ਦੁਬਾਰਾ ਪੁੱਛ ਕੇ ਉਹਨਾਂ ਨੂੰ ਨਹੀਂ ਜੀ ਅਸੀਂ ਇੱਦਾਂ ਨਹੀਂ ਕਰਨਾ ਹੈਗਾ ਜੋ ਤੁਸੀਂ ਸਾਨੂੰ ਤਿਲ ਫੁਲ ਦਿਓਗੇ ਸਾਡੇ ਵਾਸਤੇ ਉਹੀ ਬੜੇ ਮਾਣ ਵਾਲੀ ਗੱਲ ਹੈ ਤਾਂ ਇੱਦਾਂ ਅਸੀਂ ਕੀਤਾ ਸੋ ਬੜਾ ਵਧੀਆ ਆਨੰਦ ਆਇਆ ਅਤੇ ਉਦੋਂ ਬਾਅਦ ਸਿੱਧੇ ਲਫਜ਼ਾਂ ਵਿੱਚ ਦੇਖੀਏ ਤਾਂ ਅੱਜ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ ਉੱਦਾਂ ਪਹਿਲਾਂ ਚਲੋ ਸਟੂਡੀਓ ਦੀਆਂ ਗੱਲਾਂ ਚੱਲਦੀਆਂ ਸੀ ਜਾਂ ਜਸ ਪੰਜਾਬੀ ਦੀਆਂ ਗੱਲਾਂ ਚੱਲਦੀਆਂ ਸੀ ਹੁਣ ਪੰਜਾਬੀਆਂ ਦੀਆਂ ਗੱਲਾਂ ਚੱਲਣੀਆਂ ਨਾਲ ਨਾਲ ਪੰਜਾਬੀਅਤ ਦੀਆਂ ਗੱਲਾਂ ਚੱਲਣੀਆਂ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਕਰਦੇ ਤੁਹਾਡਾ ਸਭ ਦਾ ਔਰ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਅੱਜ ਵਾਹਵਾ ਕਈ ਕੁਛ ਇਕੱਠਾ ਹੋਇਆ ਜੇ ਗੱਲ ਕਰੀਏ ਤਾਂ ਕੱਲ੍ਹ 8 ਮਾਰਚ ਦੀ ਤਾਂ ਵੂਮੈਨ ਡੇ ਸੀਗਾ ਇੰਟਰਨੈਸ਼ਨਲ ਵੂਮੈਨ ਡੇ ਔਰਤਾਂ ਲਈ ਰਾਖਵਾਂ ਦਿਨ ਔਰਤਾਂ ਦੇ ਸਨਮਾਨ ਵਾਸਤੇ ਦਿਨ ਇਹ ਰੱਖਿਆ ਗਿਆ ਸੀਗਾ ਔਰ ਉਹਦੀਆਂ ਵੀ ਅਸੀਂ ਬਹੁਤ ਸਾਰੀਆਂ ਵਧਾਈਆਂ ਦਿੰਦੇ ਹਾਂ ਜਸ ਪੰਜਾਬੀ ਵੱਲੋਂ ਔਰ ਗੱਲ ਅਗਰ ਕਰੀਏ ਚਲੋ ਸ਼ੁਗਲ ਮੇਲੇ 'ਚ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਪਤੀ ਪਤਨੀ ਦੀਆਂ ਪਰ ਅਸਲ ਦੇ ਵਿੱਚ ਜਿਹੜਾ ਔਰਤ ਹੈ ਉਹ ਤੋਂ ਬਿਨਾਂ ਘਰ ਹੋ ਹੀ ਨਹੀਂ ਸਕਦਾ ਬਹੁਤ ਸਾਰੇ ਲੋਕ ਕਹਿੰਦੇ ਵੀ ਕੁੜੀ ਦਾ ਕੋਈ ਘਰ ਨਹੀਂ ਹੁੰਦਾ ਪੇਕੇ ਸਹੁਰੇ ਹੁੰਦੇ ਨੇ ਕੋਈ ਘਰ ਨਹੀਂ ਹੁੰਦਾ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਚਿੜੀਆਂ ਦੇ ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਚਿੜੀਆਂ ਦੇ ਇਹ ਹੰਸਰਾਜ ਹੰਸ ਦਾ ਗੀਤ ਹੈਗਾ ਪਰ ਅਸੀਂ ਅਗਰ ਗੱਲ ਕਰੀਏ ਤਾਂ ਉਹ ਕਹਿਣ ਵਾਲੇ ਕਹਿ ਗਏ ਵੀ ਘਰ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਸਹੁਰੇ ਹੁੰਦੇ ਨੇ ਪਰ ਜੇ ਅਸਲ 'ਚ ਦੇਖੀਏ ਤਾਂ ਕੁੜੀਆਂ ਤੋਂ ਬਿਨਾਂ ਘਰ ਹੀ ਨਹੀਂ ਹੁੰਦੇ ਵੂਮੈਨ ਡੇ 'ਤੇ ਬਹੁਤ ਸਾਰੀਆਂ ਅਸੀਂ ਅਗਰ ਗੱਲ ਕਰੀਏ ਅੱਜ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਪੰਜਾਬਣਾਂ ਨੇ ਮੱਲਾਂ ਮਾਰੀਆਂ ਨੇ ਬਹੁਤ ਸਾਰੀਆਂ ਪੰਜਾਬਣਾਂ ਕਿਤੇ ਅੱਗੇ ਲੰਘ ਗਈਆਂ ਨੇ ਪੂਰੀ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਉੱਥੋਂ ਵੀ ਬਹੁਤ ਸਾਰੀਆਂ ਔਰਤਾਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਮਾਈ ਭਾਗੋ ਤੋਂ ਲੈ ਕੇ ਹੁਣ ਤੱਕ ਬਹੁਤ ਵੱਡਾ ਇਤਿਹਾਸ ਹੈ ਸਾਡੀਆਂ ਪੰਜਾਬਣਾਂ ਦਾ ਵੀ ਸੋ ਇਹ ਜਿਹੜਾ ਸ਼ੁਰੂਆਤ ਹੋਈ ਇਹਦੀ ਵੂਮੈਨ ਡੇ ਦੀ ਪਹਿਲਾਂ ਅਮਰੀਕਾ ਨੇ ਸ਼ੁਰੂ ਕੀਤਾ ਸੀ 1909 ਦੇ ਵਿੱਚ ਉਹ ਵੀ ਇੱਕ ਹੜਤਾਲ ਸੀਗੀ ਹੋਈ ਕਿ ਬਹੁਤ ਵੱਡੀ ਅਤੇ ਉਸ ਤੋਂ ਔਰਤਾਂ ਨੇ ਆਪਦੇ ਔਰਤਾਂ ਨੇ ਕਹੇ ਸਾਡੇ ਵੀ ਬਰਾਬਰ ਦੇ ਪੈਸੇ ਚਾਹੀਦੇ ਆ ਬੰਦਿਆਂ ਦੇ ਤਾਂ ਉਦੋਂ ਫਿਰ ਉਹਨਾਂ ਨੇ ਇਹ ਰੱਖਿਆ ਸੀਗਾ ਅਤੇ ਔਰਤਾਂ ਦਾ ਦਿਨ 1909 ਦੇ ਵਿੱਚ ਪਹਿਲੀ ਵਾਰ 28 ਫਰਵਰੀ 1909 ਨੂੰ ਸ਼ੁਰੂ ਹੋਇਆ ਸੀਗਾ ਪਰ ਅਸਲ UNO ਦੀ ਗੱਲ ਕਰੀਏ ਤਾਂ 1975 ਦੇ ਵਿੱਚ ਇਹ ਮਨਾਉਣਾ ਸ਼ੁਰੂ ਹੋਇਆ ਸੀਗਾ ਸੋ 2011 ਦੀ ਗੱਲ ਕਰੀਏ ਤਾਂ 2011 ਦੇ ਵਿੱਚ ਓਬਾਮਾ ਸਾਹਿਬ ਨੇ ਵੀ ਬਹੁਤ ਵੱਡਾ ਰੁਤਬਾ ਔਰਤਾਂ ਨੂੰ ਦਿੱਤਾ ਸੀਗਾ ਉਦੋਂ ਅਸੀਂ ਗੱਲ ਕਰੀਏ ਜੇ 1913-14 ਦੀ ਗੱਲ ਕਰੀਏ ਉਸ ਤੋਂ ਪਹਿਲਾਂ ਦੀ ਤਾਂ 1913-14 ਦੇ ਵਿੱਚ ਪਹਿਲਾ
ਵਿਸ਼ਵ ਯੁੱਧ ਜਿਹੜਾ ਹੋਇਆ ਸੀ ਉਹਨੂੰ ਰੋਕਣ ਵਾਸਤੇ ਵੀ ਇਹ ਜਿਹੜਾ ਔਰਤਾਂ ਦਾ ਸਪੈਸ਼ਲ ਦਿਨ ਹੈ ਉਹਨਾਂ ਵਾਸਤੇ ਇਹ ਮਨਾਇਆ ਗਿਆ ਸੀਗਾ। ਪਰ ਉਦੋਂ ਵੀ ਵੱਡੀ ਸਾਰੀਆਂ ਗੱਲਾਂ ਕਹਿੰਦੇ ਵੀ ਹਾਥੀ ਦੇ ਪੈਰ ਥੱਲੇ ਸਾਰਾ ਕੁਛ ਆ ਜਾਂਦਾ, ਸਾਰੀਆਂ ਗੱਲਾਂ ਛੱਡ ਕੇ ਜੇ ਅਸੀਂ ਇੱਕੋ ਹੀ ਗੱਲ ਕਰੀਏ ਤਾਂ ਸਾਰਾ ਕੁਛ ਹੀ ਮੁੱਕ ਜਾਂਦਾ। ਬਾਬੇ ਨਾਨਕ ਨੇ ਕਿਹਾ ਸੀ ਸੋ ਕੋਈ ਮੰਦਾ ਆਖੇ ਜਿੱਤ ਜੰਮੇ ਰਾਜਾਂ, ਤੋਂ ਉਦੋਂ ਉੱਪਰ ਕੁਛ ਨਹੀਂ ਰਹਿ ਜਾਂਦਾ। ਸੋ ਅਸੀਂ ਜੇ ਗੱਲ ਕਰਦੇ ਸੀਗੇ, ਗੱਲ ਬੜੀ ਲੰਬੀ ਚੌੜੀ ਹੈਗੀ ਆ ਵੀ ਜੇ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਜਿਹੜੀ ਸੀ ਉਹਨੂੰ ਉਹਨਾਂ ਦੇ ਜਿਹੜੇ ਮਾਂ ਪਿਓ ਸੀ ਉਹਨਾਂ ਨੂੰ, ਪਰ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦੀ ਜੇ ਗੱਲ ਕਰੀਏ ਤਾਂ ਉਹ ਵਾਕਈ ਇੱਕ ਇਸ ਤਰ੍ਹਾਂ ਦਾ ਇਤਿਹਾਸ ਹੈਗਾ ਕਿ ਉਹਨਾਂ ਨੂੰ ਘੜੇ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ। ਅਗਰ ਅਸੀਂ ਭਗਤ ਸਿੰਘ ਦੀ ਗੱਲ ਕਰੀਏ ਉਹਨਾਂ ਦੀ ਮਾਂ ਨੂੰ ਜੇ ਉਹਨਾਂ ਦੇ ਗਾਂਹ ਮਾਪੇ ਜਿਹੜੇ ਨੇ ਉਹ ਪੈਦਾ ਨਾ ਹੁੰਦੇ ਤਾਂ ਭਗਤ ਸਿੰਘ ਕਿੱਥੋਂ ਪੈਦਾ ਹੁੰਦੇ। ਸੋ ਇਹ ਚੀਜ਼ਾਂ ਸਾਰੀਆਂ ਹੈਗੀਆਂ ਨੇ, ਸਭ ਨੂੰ ਬਹੁਤ ਬਹੁਤ ਮੁਬਾਰਕ। ਉਦੋਂ ਬਾਅਦ ਗੱਲ ਆ ਗਈ ਹੋਲੀ ਦੀ, ਹੋਲੀ ਵੀ ਅੱਜ ਵੀ ਚੱਲ ਰਹੀ, ਕੱਲ੍ਹ ਵੀ ਚੱਲ ਰਹੀ ਹੈ। ਅਤੇ ਹੋਲੀ ਦੀ ਵੀ ਚਲੋ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਅਲੱਗ ਅਲੱਗ ਧਰਮਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਮਨਾਈ ਜਾਂਦੀ ਹੋਲੀ, ਔਰ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਇਹਨੂੰ ਹੋਲਾ ਮਹੱਲਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਹੁੰਦਾ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ। ਸੋ ਸਭ ਨੂੰ ਇਸ ਹੋਲੀ ਦੀ ਅਤੇ ਹੋਲੇ ਮਹੱਲੇ ਦੀ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਸ ਪੰਜਾਬੀ ਵੱਲੋਂ, ਸਾਰਿਆਂ ਵੱਲੋਂ। ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਇੱਕ ਹੋਰ ਅਵੇਅਰ ਕਰਨ ਵਾਸਤੇ, ਜਿਹੜਾ ਅਸੀਂ ਰੋਜ਼ ਤਕਰੀਬਨ ਗੱਲ ਕਰੀ ਦੀ ਹੈ ਕਰੋਨਾ ਵਾਇਰਸ ਜਿਹੜਾ ਹੈਗਾ, ਉਹਦੇ ਤੋਂ ਵੀ ਜ਼ਰੂਰ ਅਵੇਅਰ ਰਹੋ। ਬਾਕੀ ਤਾਂ ਸਿਆਣੇ ਕਹਿੰਦੇ ਜਦੋਂ ਜੋ ਹੋਣਾ ਹੋ ਜਾਣਾ ਉਦੋਂ ਕੁਛ ਉਹਦਾ ਕਰ ਨਹੀਂ ਸਕਦੇ, ਪਰ ਫਿਰ ਵੀ ਸਾਨੂੰ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਤੇ ਪਬਲਿਕ ਪਲੇਸ 'ਤੇ ਜਾਂਦੇ ਹਾਂ ਤਾਂ ਬਹੁਤ ਜ਼ਰੂਰੀ ਹੈ ਕਿ ਹੱਥ, ਪਹਿਲੀ ਗੱਲ ਤਾਂ ਪਰਸ ਦੇ ਵਿੱਚ ਕੋਲੇ ਜਾਂ ਗੱਡੀ ਦੇ ਵਿੱਚ ਸੈਨੇਟਾਈਜ਼ਰ ਰੱਖੋ, ਨਾਲ ਨਾਲ ਹੱਥ ਸਾਫ ਕਰੀਏ, ਅਤੇ ਨਾਲ ਦੀ ਨਾਲ ਜਿਹੜੇ ਹੈਗੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਈਏ। ਔਰ ਇਹਦੀ ਅਗਰ ਗੱਲ ਕਰੀਏ, ਇਟਲੀ ਬੰਦ ਕਰ ਦਿੱਤਾ ਗਿਆ ਬਿਲਕੁਲ, ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ, ਸਾਰੇ ਬਿਜ਼ਨਸ ਲਗਭਗ ਠੱਪ ਪਏ ਨੇ। ਖਾਸ ਤੌਰ 'ਤੇ ਏਅਰਲਾਈਨਸ ਦੀ ਗੱਲ ਕਰੀਏ, ਏਅਰ ਟਿਕਟਾਂ ਦੀ ਗੱਲ ਕਰੀਏ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ। ਸੋ ਆਪਾਂ ਅੱਜ ਸੋਮਵਾਰ ਦਾ ਦਿਨ ਹੈਗਾ, ਕੋਈ ਵਿਸ਼ਾ ਵਸਤੂ ਨਹੀਂ ਰੱਖੀਦਾ, ਸਿੱਧੀ ਸਿੱਧੀ ਗੱਲਬਾਤ ਕਰੀ ਦੀ ਤੁਹਾਡੇ ਨਾਲ ਕਿ ਕੋਈ ਵੀ ਗੱਲਬਾਤ ਤੁਸੀਂ ਦਿਲ ਦੀ ਸਾਂਝੀ ਕਰ ਸਕਦੇ ਹੋ। ਜੇ ਤੁਸੀਂ ਸਾਡਾ ਪ੍ਰੋਗਰਾਮ ਟੀਵੀ 'ਤੇ ਲਾਈਵ ਦੇਖਿਆ ਉਹ ਵੀ ਤੁਹਾਨੂੰ ਕਿਵੇਂ ਲੱਗਿਆ, ਜਾਂ ਕੋਈ ਹੋਰ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਆਪਾਂ ਦੇ ਸਕਦੇ। ਅਤੇ ਬਾਕੀ ਅੱਜ ਦਾ ਦਿਨ ਸੋਮਵਾਰ ਦਾ ਦਿਨ ਜਿਹੜਾ ਮੰਡੇ ਹੁੰਦਾ ਉਹ ਤੁਹਾਡਾ ਦਿਨ ਹੁੰਦਾ, ਤੁਹਾਡੀ ਮਰਜ਼ੀ ਦੇ ਨਾਲ ਖਾਸ ਤੌਰ 'ਤੇ ਅੱਜ ਦਾ ਪ੍ਰੋਗਰਾਮ ਚੱਲਦਾ। ਜਿਵੇਂ ਤੁਸੀਂ ਚਾਹੁੰਦੇ ਹੋ, ਜੋ ਸੁਣਨਾ ਸੁਣਾਉਣਾ ਚਾਹੁੰਦੇ ਹੋ, ਗੀਤ ਸੰਗੀਤ ਹੁੰਦਾ ਜਾਂ ਕੁਛ ਵੀ ਕਹਿਣਾ ਕਹਾਉਣਾ ਚਾਹੁੰਦੇ ਹੋ, ਤਾਂ ਅੱਜ ਦੇ ਦਿਨ ਆਪਾਂ ਇਹ ਗੱਲ ਕਰ ਸਕਦੇ ਹੁੰਦੇ ਹਾਂ। ਅੱਜ ਤੋਂ ਬਕਾਇਦਾ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਗਈ ਆ, ਬਕਾਇਦਾ ਅਸੀਂ ਵਿਚਰਨਾ ਸ਼ੁਰੂ ਕਰ ਦਿੱਤਾ ਪੂਰੀ ਕਮਿਊਨਿਟੀ ਦੇ ਵਿੱਚ। ਨਗਰ ਕੀਰਤਨ ਸ਼ੁਰੂ ਹੋ ਗਏ ਨੇ, ਕੱਲ੍ਹ ਤੋਂ ਅਗਰ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਪਹਿਲਾ ਨਗਰ ਕੀਰਤਨ ਜਿਹੜਾ ਹੁੰਦਾ ਉਹ ਕੱਲ੍ਹ ਰੀਓ ਲੁੰਡਾ ਗੁਰੂ ਘਰ ਜਿਹੜੇ ਹੈਗੇ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ, ਉੱਥੋਂ ਸ਼ੁਰੂਆਤ ਹੋ ਚੁੱਕੀ ਹੈ। ਅਤੇ ਗਾਂ ਦੀ ਗਾਂ ਹੁਣ ਸਾਰੇ ਇਸੇ ਤਰ੍ਹਾਂ ਨਗਰ ਕੀਰਤਨ ਚੱਲਣੇ ਨੇ। ਕੱਲ੍ਹ ਅਸੀਂ ਸਟੋਕਟਨ ਗੁਰੂ ਘਰ ਦੀ ਜਿਹੜੀ ਹੈ ਉੱਥੇ ਸ਼ੂਟਿੰਗ ਕਰਕੇ ਆਏ ਹਾਂ, ਉਹਨਾਂ ਦਾ ਨਗਰ ਕੀਰਤਨ ਜਿਹੜਾ ਸਟੋਕਟਨ ਗੁਰੂ ਘਰ ਦਾ ਬਹੁਤ ਵੱਡਾ ਨਗਰ ਕੀਰਤਨ ਹੁੰਦਾ, ਇਤਿਹਾਸਿਕ ਗੁਰੂ ਘਰ ਹੈ, ਉਹ 19 ਅਪ੍ਰੈਲ ਨੂੰ ਜਿਹੜਾ ਹੋ ਰਿਹਾ। ਮੈਂ ਅੱਜ ਗਾਣੇ ਵੀ ਲਿਆ ਸੀ, ਮੈਂ ਕੋਸ਼ਿਸ਼ ਚਾਹੁੰਦਾ ਸੀ ਕਿ ਮੈਂ ਇੱਕ ਅੱਧਾ ਕੋਈ ਗੀਤ ਸੁਣਾਉਣਾ। ਮੈਂ ਕਹਿੰਦਾ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਣਾ ਦੀਪਕ ਜੀ, ਆਪਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਗੀਤ ਜਿਹੜਾ ਪਹਿਲਾਂ ਜਿੰਮੀ ਸਾਹਿਬ ਕੋਲ ਮੈਂ ਭੇਜਿਆ ਹੋਇਆ, ਔਰਤਾਂ ਦੇ ਹੱਕ ਦੀ ਗੱਲ ਕਰਦਾ, ਜੇ ਔਰਤ ਬਲਵਾਨ ਨਾ ਹੁੰਦੀ ਤਾਂ ਜੱਗ ਦੇ ਵਿੱਚ ਪਹਿਚਾਣ ਨਾ ਹੁੰਦੀ। ਰਵੀ ਬਲ ਨੇ ਗਾਇਆ ਬੜਾ ਵਧੀਆ, ਸਾਡੀਆਂ ਬੀਬੀਆਂ ਭੈਣਾਂ ਸਭ ਔਰਤਾਂ ਦੇ ਹੱਕ ਦੀ ਗੱਲ ਕੀਤੀ ਹੈ। ਪਰ ਅਸਲ ਦੇ ਵਿੱਚ ਜੇ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਇੱਕ ਸੋਚ, ਇੱਕ ਦਿਮਾਗ ਇਹੋ ਜਿਹਾ ਬਣਾ ਦਿੱਤਾ ਗਿਆ ਔਰਤ ਦਾ ਕਿ ਉਹ ਤਾਂ ਕੁਛ ਕਰ ਹੀ ਨਹੀਂ ਸਕਦੀ। ਅੱਜ ਵੀ ਸਾਡੇ ਬਹੁਤ ਸਾਰੇ ਲੋਕ, ਜੇ ਪੰਜਾਬ ਦੀ ਗੱਲ ਕਰੀਏ ਤਾਂ ਉਹਨੂੰ ਕਹੋ ਭਰਜਾਈ ਨੂੰ ਕੰਮ 'ਤੇ ਲਾ ਲਓ, ਦੋਨੋਂ ਕਮਾਉਂਗੇ ਚੰਗਾ, ਹੁਲੈ ਹੁਣ ਇਹ ਕੰਮ ਕਰੂਗੀ, ਹੁਣ ਜੋਬਾਂ ਕਰੂਗੀ ਅਸੀਂ, ਨਾ ਨਾ ਨਾ, ਇਹੋ ਜਿਹੀ ਸੋਚ ਜਿਹੜੀ ਅਜੇ ਵੀ ਸਾਡੇ ਵਿੱਚ ਹੈਗੀ ਆ। ਜਦਕਿ ਔਰਤ ਦੀ ਗੱਲ ਕਰੀਏ, ਲੇਡੀਜ਼ ਦੀ ਗੱਲ ਕਰੀਏ ਤਾਂ ਸਾਡੇ ਤੋਂ ਕਿਤੇ ਅੱਗੇ ਨਿਕਲ ਚੁੱਕੀਆਂ। ਅਗਰ ਜੀ ਸਭ ਦਾ ਆਪਾਂ ਗੱਲਾਂ ਬਾਤਾਂ ਅੱਜ ਖੁੱਲ੍ਹੀਆਂ ਕਰ ਸਕਦੇ ਹੁੰਦੇ, ਆਪਣੇ ਮਨਪਸੰਦ ਦੀਆਂ ਗੱਲਾਂ ਕੋਈ ਵੀ ਕਰ ਸਕਦੇ ਹੁੰਦੇ ਹਾਂ। ਤੁਹਾਡੀਆਂ ਕਾਲਾਂ ਆ ਰਹੀਆਂ ਨੇ, ਪਰ ਕਾਲਾਂ ਲੈਣ ਤੋਂ ਪਹਿਲਾਂ ਮੈਂ ਚਾਹੁੰਦਾ ਇੱਕ ਹੋਰ ਜ਼ਿਕਰ ਕਰਨਾ ਈਵੈਂਟ ਦੇ ਨਾਲ ਸੰਬੰਧਿਤ। ਸਾਡੀ ਜਿਹੜੀ 13ਵੀਂ ਸਾਲਗਿਰਾ ਸੀ, ਨਾਲ ਦੀ ਨਾਲ ਜਿਹੜਾ ਸਟੂਡੀਓ ਦੀ ਗ੍ਰੈਂਡ ਓਪਨਿੰਗ ਸੀ ਉਹਦੇ ਨਾਲ ਸੰਬੰਧਿਤ ਉਹ ਮੈਨੂੰ ਚੇਤੇ ਆ ਗਈ, ਹੁਣ ਮੈਂ ਕਿਹਾ ਜ਼ਰੂਰ ਕਰਾਂ। ਅਤੇ ਡਾਕਟਰ ਪਿਆਰਾ ਸਿੰਘ ਦੀ ਅਸੀਂ ਅਕਸਰ ਗੱਲ ਕਰੀ ਦੀ ਹੈ ਐਲੇ ਤੋਂ, ਉਹ ਆਏ ਵੀ ਸੀਗੇ ਇੱਥੇ, ਅਤੇ ਉਹਨਾਂ ਨੇ ਫਿਰ ਜਦੋਂ ਅਸੀਂ ਗਏ ਸੀਗੇ, ਮੈਂ ਚੈੱਕ ਦੀ ਗੱਲ ਕਰਦਾ ਹੁੰਦਾ ਵੀ 11,000 ਦਾ ਚੈੱਕ ਉਹਨਾਂ ਨੇ ਦਿੱਤਾ ਹਮੇਸ਼ਾ, ਤਾਂ ਗੱਲ ਕਰਦਾ ਹੁੰਦਾ, ਤਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਉੱਦਾਂ ਪਿਆਰ ਦੇ ਨਾਲ, ਕਹਿੰਦੇ ਵੀ ਤੂੰ ਥੈਂਕ ਯੂ ਬਾ, ਤੂੰ ਚਲੋ ਤੂੰ ਬੋਲਦਾ। ਪਰ ਮੈਂ ਕਹਿੰਦੇ ਵੀ ਅੱਜ ਤੱਕ ਜਿਹਨੂੰ ਕਿਸੇ ਨੂੰ ਵੀ ਚੈੱਕ ਦਿੱਤਾ, ਚਾਹੇ ਉਹ 100 ਦਾ ਸੀ, ਚਾਹੇ 200 ਦਾ, ਚਾਹੇ 500 ਦਾ, 1,000 ਦਾ, ਚਾਹੇ 10,000 ਦਾ, ਚਾਹੇ 20,000 ਦਾ, ਚਾਹੇ 1,00,000 ਦਾ, ਤਾਂ ਮੈਂ ਹਮੇਸ਼ਾ ਚੈੱਕ ਜਿਹੜਾ ਉਹ ਨਾਲ ਇੱਕ ਜ਼ਰੂਰ ਲਾਇਆ। ਜੇ 101, 501, 1,000, 11,000, 1,00,000, 1,00,000 ਵੀ ਇੱਕ ਮੈਂ ਨਾਲ ਜ਼ਰੂਰ ਲਾਉਣਾ। ਉਹਦਾ ਕਾਰਨ ਇਹ ਹੈ ਵੀ ਇੱਕ ਤੋਂ ਇੱਕ ਓਂਕਾਰ ਫਿਰ ਚੇਤੇ ਆਉਂਦਾ, ਗੁਰੂ ਨਾਨਕ ਦੇਵ ਜੀ ਦਾ ਸਾਨੂੰ ਬਖਸ਼ਿਆ ਹੋਇਆ ਕਿ ਸਾਰਾ ਕੁਛ ਇੱਕੋ ਹੀ ਹੈਗਾ। ਮੈਨੂੰ ਬੜੀ ਵਧੀਆ ਉਹਨਾਂ ਦੀ ਗੱਲ ਲੱਗੀ ਕਿ ਉਹ ਕੋਈ ਵੀ ਕਰਦੇ ਨੇ ਕੰਮ ਚੰਗਾ, ਧਰਮ ਦਾ ਕਹਿ ਲਓ, ਚਾਹੇ ਸਾਡੀ ਕਮਿਊਨਿਟੀ ਦਾ ਕਹਿ ਲਓ, ਅਤੇ ਨਾਲ ਦੀ ਨਾਲ ਜੇ ਕੋਈ ਉਹਨਾਂ ਨੂੰ ਦਿੰਦੇ ਨੇ ਪੈਸੇ ਤਾਂ ਉਹ ਨਾਲ ਇੱਕ ਜ਼ਰੂਰ ਲਾਉਂਦੇ ਨੇ। ਬੜਾ ਚੰਗਾ ਲੱਗਿਆ।
ਜਾਣਦੇ ਆ ਕੀ ਵਿਚਾਰ ਨੇ ਤੁਹਾਡੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਗਿਆਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਬੜੇ ਬਹੁਤ ਬਹੁਤ ਵਧਾਈਆਂ। ਬਹੁਤ ਮਿਹਰਬਾਨੀ। ਤੁਹਾਡਾ ਉਦੋਂ ਦਾ ਫੰਕਸ਼ਨ ਸਾਰਾ ਧੁਰਤਾਂ ਹੀ ਦੇਖਿਆ ਸੀ। ਅੱਛਾ, ਦੇਖਿਆ ਸਾਰਾ। ਆਨੰਦ ਬੜਾ ਆਇਆ। ਵਾਹ ਜੀ। ਪਰ ਇੱਕ ਗੱਲ ਮੈਂ ਸੋਚ ਰਿਹਾ ਵੀ ਤੁਸੀਂ ਹਮੇਸ਼ਾ ਔਰਤ ਦੀ ਗੱਲ ਕਰਦੇ ਆ ਵੀ ਸੋਕ ਮੰਦਾ ਕੀ ਜਿਸ ਜੰਮੇ ਰਾਜਾਨ, ਠੀਕ ਨਹੀਂ? ਤੇ ਬਗੈਰ ਔਰਤ ਨਾ ਹੁੰਦੀ, ਸਾਡੀ ਮਾਂ ਨਾ ਹੁੰਦੀ ਤਾਂ ਅਸੀਂ ਦੁਨੀਆਂ ਕਿੱਥੋਂ ਦੇਖਣੀ ਸੀ? ਅਗਰ ਸਾਡੇ ਵਿਆਹ ਨਾ ਹੁੰਦੇ ਤੇ ਅਸੀਂ ਘਰ ਬਾਰ ਕਿਵੇਂ ਚਲਾਉਣਾ ਜਾਂ ਪਰਿਵਾਰ ਕਿਵੇਂ ਚਲਾਉਣਾ ਸੀ? ਆਮ ਇਹ ਵੀ ਆਇਆ ਦੇਖਣ 'ਚ ਵੀ ਔਰਤ ਦਾ ਹੱਥ ਕਾਫੀ ਹੁੰਦਾ ਹਰ ਬੰਦੇ ਦੀ ਕਾਮਯਾਬੀ 'ਚ। ਨਹੀਂ, ਪੂਰਾ ਹੁੰਦਾ ਜੀ ਹੱਥ, ਤਾਂ ਹੀ ਕੁਛ ਨਾ ਕੁਛ ਕਰ ਸਕਦਾ ਬੰਦਾ। ਹਾਂ, ਤੁਸੀਂ ਸਭ ਕੁਛ ਦੱਸਦੇ ਹੁੰਦੇ ਆ, ਪਰ ਚਲੋ ਹਾਸੇ ਦੀ ਗੱਲ ਕਰ ਲਓ। ਜਦੋਂ ਉਦੋਂ ਅਸੀਂ 5-6 ਬੰਦੇ ਬੈਠੇ ਦੇਖ ਰਹੇ ਸੀਗੇ ਵੀ ਤੁਸੀਂ ਆਪਣੇ ਪਰਿਵਾਰ ਦੀ ਕਿਉਂ ਨੀ ਉਦਣ ਸ਼ਲਾਘਾ ਕੀਤੀ, ਲਿਆ ਕੇ ਰੂਬਰੂ ਕਰਾ ਕੇ ਤਾਰਫ ਕੀਤੀ ਜਾਂ ਅਪਲਾਈ ਕੀਤਾ ਉਹਨਾਂ ਨੂੰ? ਹੋਏ ਸੀ ਰੂਬਰੂ, ਮੁੱਦਾ ਦੇ ਵਿੱਚ ਸੀਗਾ। ਨਹੀਂ, ਅਸੀਂ ਪ੍ਰੋਗਰਾਮ ਗੌਰ ਨਾਲ ਦੇਖਿਆ, ਤੁਸੀਂ ਅੱਗੇ ਲਿਆ ਕੇ ਨਹੀਂ ਕੀਤੀ, ਜਿਹੜਾ ਕਿ ਅਸੀਂ ਆਪੋ ਵੀ 5-6 ਬੈਠੇ ਦੇਖ ਰਹੇ ਸੀ ਪ੍ਰੋਗਰਾਮ ਸਾਰਾ। ਵੀ ਤੁਸੀਂ ਇੰਨੀਆਂ ਜੇ ਤਰੱਕੀਆਂ ਕਰ ਲਈਆਂ ਤਾਂ ਇਕੱਲੇ ਨਹੀਂ ਕਰ ਸਕਦੇ। ਬਿਲਕੁਲ, ਇਹ ਤਾਂ ਹੈ, ਬਗੈਰ ਸਹਿਯੋਗ ਤੋਂ ਨਹੀਂ ਹੁੰਦੀਆਂ ਜੱਗੀ, ਜੋ ਮਰਜ਼ੀ ਕਹਿ ਲਈਏ। ਔਰਤ ਦਾ ਬੜਾ ਹੱਥ ਹੁੰਦਾ ਹੈ। ਉੱਥੇ ਸਾਡੇ ਇਹੀ ਕਹਿੰਦੇ ਸੀ ਵੀ ਇੰਨੇ ਲੋਕਾਂ ਦੇ ਤਾਰਫ ਕਰਾਇਆ ਉਹਨਾਂ ਨੇ, ਇੰਨੇ ਲੋਕਾਂ ਦੀਆਂ ਸਿਫਤਾਂ ਸਾਨੂੰ ਸੁਣਾਈਆਂ, ਆਪਣੇ ਪਰਿਵਾਰ ਦੀ ਸੁਣਾਈ ਨੀ ਸਾਨੂੰ। ਨਹੀਂ ਚਲੋ ਜੀ, ਸਾਰੇ ਇੱਥੇ ਸੀ, ਸਾਰੇ ਪਰਿਵਾਰ, ਬੜਾ ਚੰਗਾ ਲੱਗਿਆ ਸਾਰੇ ਇੱਥੇ ਪਹੁੰਚੇ, ਹੋਰ ਵੀ ਦੋ। ਨਹੀਂ ਚਲੋ, ਉਹ ਤਾਂ ਪਤਾ ਹੀ ਆ ਜੀ, ਹੱਸਦੇ ਆ, ਚਲੋ ਹੱਸਦੇ ਆ। ਤੇ ਗਿਆਨ ਸਿੰਘ ਜੀ, ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜ਼ਰੂਰ ਕੋਈ ਜ਼ਿਕਰ ਕਰੋ ਜਿਹਨਾਂ ਔਰਤਾਂ ਨੇ ਮੱਲਾਂ ਮਾਰੀਆਂ, ਜਾਂ ਸਾਡੇ ਇਤਿਹਾਸ ਦੀ ਕੋਈ ਗੱਲ ਜ਼ਰੂਰ ਕਰੋ, ਜ਼ਿਕਰ ਕਰੋ। ਮੈਂ ਸਮਝਦਾ ਸਾਡੇ ਦਰਸ਼ਕਾਂ ਨੂੰ। ਨਹੀਂ ਦੇਖੋ ਜੀ, ਮੱਲਾਂ ਤਾਂ ਔਰਤਾਂ ਨੇ ਬਹੁਤ ਮਾਰੀਆਂ ਹੈਗੀਆਂ, ਇਹਨਾਂ ਤੋਂ ਕੋਈ ਕੋਈ ਹਿਸਾਬ ਹੀ ਨਹੀਂ ਹੈਗਾ ਜੀ। ਹੈ ਜੀ, ਹੁਣ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦੀ ਗੱਲ ਹੁਣੇ ਕੀਤੀ ਆ, ਜੇ ਉਹ ਨਾ ਸੰਭਾਲੀ ਜਾਂਦੀ ਤੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਦੁਨੀਆਂ ਤੇ ਨਾਂ ਆ। ਹੈ, ਇਸ ਤੋਂ ਵੱਡੀ ਹੋਂਦ ਕਿਹੜੀ, ਆਪਾਂ ਕਿਹੜੀ ਮਿਸਾਲ ਦੇ ਸਕਦੇ ਹਾਂ? ਇੱਕ BBC ਨੇ ਹੁਣ ਰਿਪੋਰਟ ਜਾਰੀ ਕੀਤੀ ਹੈ ਜੀ, BBC ਨੇ, ਕਿ ਹੁਣ ਤੱਕ ਦੇ ਸਭ ਤੋਂ ਸਾਰੇ ਰਾਜਿਆਂ ਦੇ ਵਿੱਚੋਂ ਸਭ ਤੋਂ ਬਿਹਤਰੀਨ ਰਾਜਾ ਅਗਰ ਸ਼ਾਸਕ ਕੋਈ ਮਹਾਰਾਜਾ ਰਣਜੀਤ ਸਿੰਘ ਹੋਇਆ। ਹਾਂਜੀ, ਉਹਨੂੰ ਕਹਿੰਦੇ ਤਾਂ ਔਰਤ ਨੇ ਜਨਮ ਦਿੱਤਾ, ਹੋਰ ਇਸ ਤੋਂ ਵੱਡੀ ਆਪਾਂ ਕਿਹੜੀ ਹੋਰ ਮਿਸਾਲ ਦਈਏ? ਬਿਲਕੁਲ, ਮਾਂ ਭਾਗੋ ਦੀ ਲੈ ਲਈਏ, ਹੋਰ ਜਿੰਨੀਆਂ ਵੀ ਮਾਵਾਂ ਹੋਈਆਂ, ਹੈ, ਮਾਵਾਂ ਤੋਂ ਬਗੈਰ ਕੋਈ ਹੋਇਆ? ਪੀਰ ਪੈਗੰਬਰ ਰਿਸ਼ੀ ਮੁਨੀ ਕੋਈ ਹੋਇਆ? ਨਾ ਜੀ। ਹੈ, ਤੇ ਫਿਰ ਆਪਾਂ ਕਿਹਦਾ ਕਿਹਦਾ ਨਾਂ ਲਈਏ? ਹੈ ਜੀ, ਔਰਤ ਦਾ ਦੇਣ ਦੇ ਨਹੀਂ ਸਕਦਾ ਕੋਈ ਜੀ। ਹੈ ਜੀ, ਬਿਲਕੁਲ, ਔਰਤਾਂ ਦੇਣ ਦਾ ਕਿਹਦੀ ਕਿਹਦੀ ਮਿਸਾਲ ਦਈ ਆਪਾਂ? ਬਿਲਕੁਲ ਜੀ, ਬਿਲਕੁਲ। ਹੁਣ ਵੈਸੇ ਤਾਂ ਔਰਤਾਂ ਆਦਮੀਆਂ ਨਾਲੋਂ ਵੱਧ ਕਮਾਉਂਦੀਆਂ ਨੇ, ਪਰ ਫਿਰ ਵੀ ਹਜੇ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਤੇ ਔਰਤਾਂ ਨੂੰ ਅਜੇ ਉਹ ਸਤਿਕਾਰ ਨਹੀਂ ਮਿਲਦਾ। ਨਹੀਂ ਨਹੀਂ ਨਹੀਂ, ਕਮਾਈ ਨੂੰ ਇੱਕ ਪਾਸੇ ਰੱਖੀਏ, ਜੋ ਕੁਰਬਾਨੀ ਆ ਉਹਨਾਂ ਦੀ, ਕੁਰਬਾਨੀ, ਹਾਂਜੀ, ਕੁਰਬਾਨ। ਆਪਾਂ ਕਮਾਈ ਦੀ ਕਿਹੜੀ ਗੱਲ ਹੈ, ਕਮਾਈ ਮਗਰ ਨਾ ਜਾਈਏ, ਜੋ ਔਰਤ ਦੀ ਕੁਰਬਾਨੀ ਆ ਕੋਈ ਨਹੀਂ, ਪੁਰਸ਼ ਨਹੀਂ ਦੇ ਸਕਦਾ। ਬਿਲਕੁਲ ਬਿਲਕੁਲ, ਬੱਚੇ ਦੀ ਪਾਲਣ ਪੋਸ਼ਣ ਮਰਦ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਵੱਡੇ ਤੋਂ ਬੜਾ ਸ਼ਾਹੂਕਾਰ ਹੋਵੇ ਜੀ। ਬਿਲਕੁਲ ਬਿਲਕੁਲ, ਹਾਂ, ਉਹ ਪਰਿਵਾਰ ਦੀ ਪਰਵਰਿਸ਼ ਜੋ ਮਾਂ ਕਰ ਸਕਦੀ ਆ, ਉਹ ਬਾਪ ਨਹੀਂ ਕਰ ਸਕਦਾ, ਜੋ ਮੇਰਾ ਐਕਸਪੀਰੀਅੰਸ ਹੈ। ਬਿਲਕੁਲ ਜੀ, ਬਿਲਕੁਲ, ਤੁਹਾਡੀ ਗੱਲ ਸਹੀ ਹੈ। ਥੈਂਕ ਯੂ ਕਾਲ ਕਰਨ ਵਾਸਤੇ, ਤੁਹਾਡਾ ਇੰਨੇ ਪਿਆਰ ਵਾਸਤੇ ਅਸ਼ੀਰਵਾਦ ਵਾਸਤੇ, ਬਹੁਤ ਮਿਹਰਬਾਨੀ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ ਜੀ, ਬਹੁਤ ਤਰੱਕੀ ਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ ਜਗਤਾਰ ਸਿੰਘ ਜੀ, ਮੈਂ ਗੁਰਦੀਪ ਸਿੰਘ ਸੰਦਰ ਬੋਲ ਰਿਹਾ ਜੀ। ਸੰਦਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਜੀ ਸਾਹਿਬ, ਅੱਜ ਤੁਸੀਂ ਬੋਲਣਾ ਨਹੀਂ ਹੈ, ਮੈਨੂੰ ਬੋਲਣ ਦੇਣਾ। ਠੀਕ ਹੈ ਜੀ, ਠੀਕ ਹੈ ਜੀ। ਉਸ ਦਿਨ ਲਾਈਵ ਪ੍ਰੋਗਰਾਮ ਵੇਖ ਕੇ ਰੂਹ ਦੀ ਤ੍ਰਿਪਤੀ ਨੇ ਮਨ ਦੇ ਸਮੁੰਦਰ ਵਿੱਚ ਆਨੰਦ ਨੂੰ ਮਾਣਿਆ। ਵਾਹ ਜੀ ਵਾਹ ਜੱਗੀ ਜੀ, ਉਸ ਦਿਨ ਤੁਹਾਡਾ ਲੋਕਾਂ ਪ੍ਰਤੀ, ਸਮਾਜ ਪ੍ਰਤੀ ਵਧੀਆ ਰਵੱਈਆ ਵੇਖ ਕੇ ਜੀ ਸਾਨੂੰ ਵੀ ਕੁਝ ਵਧੀਆ ਕਰਨ ਵੱਲ ਪ੍ਰੇਰਿਤ ਕੀਤਾ। ਵਾਹ ਜੀ, ਤੁਹਾਨੂੰ ਤਕਰੀਬਨ ਸਭ ਸਰੋਤਿਆਂ ਦੇ ਨਾਮ ਮੂੰਹ ਜਵਾਨੀ ਯਾਦ ਸਨ ਜੀ। ਜਦੋਂ ਤੁਸੀਂ ਕਿਸੇ ਨੂੰ ਨਾਮ ਨਾਲ ਬੁਲਾਉਂਦੇ ਹੋ ਤਾਂ ਆਪਣਾ ਨਾਮ ਸੁਣਨਾ ਕਿਸ ਨੂੰ ਚੰਗਾ ਨਹੀਂ ਲੱਗਦਾ। ਜੀ, ਤੁਹਾਡੀ ਵਧੀਆ ਪਰਸਨੈਲਿਟੀ ਦੀ ਝਲਕ ਸਾਡੀ ਰੂਹ ਦੀਆਂ ਬਰੂਹਾਂ ਨੂੰ ਛੋਹ ਗਈ
ਜੀ ਤੁਹਾਡਾ ਇਹ ਸੰਚਾਲਨ ਵੀ ਉੱਚ ਦਰਜੇ ਦਾ ਸੀ ਪਰ ਸਭ ਤੋਂ ਵੱਧ ਲੋਕੀ ਤੁਹਾਡੇ ਨਾਲ ਇੰਜ ਜੁੜੇ ਨਜ਼ਰ ਆ ਰਹੇ ਸਨ ਜਿਵੇਂ ਤੁਸੀਂ ਸਾਰੇ ਹੀ ਪੰਜਾਬੀਆਂ ਦੇ ਘਰਾਂ ਦੇ ਮੈਂਬਰ ਹੋ ਜੀ ਤੁਹਾਨੂੰ ਤਾਂ ਸਰੋਤਿਆਂ ਦੇ ਮਿਜ਼ਾਜ ਤੱਕ ਦੀ ਜਾਣਕਾਰੀ ਸੀ ਜੀ ਅੰਤ ਵਿੱਚ ਧੰਨਵਾਦ ਕਰਦਾ ਹਾਂ ਤੁਸੀਂ ਤੇ ਤੁਹਾਡੀ ਸਾਰੀ ਟੀਮ ਦੀ ਵਧਾਈ ਦੀ ਹੱਕਦਾਰ ਹੈ ਥੈਂਕ ਯੂ ਜੱਗੀ ਸਾਹਿਬ ਬਹੁਤ ਖੁਸ਼ ਬਹੁਤ ਮਿਹਰਬਾਨੀ ਜੀ ਸੁੰਦਰ ਸਾਹਿਬ ਬੜੀ ਮਿਹਰਬਾਨੀ ਇਹ ਸਾਰੇ ਪੰਜਾਬੀਆਂ ਦਾ ਪਿਆਰ ਹੈਗਾ ਅਸੀਂ ਅਕਸਰ ਗੱਲ ਇਹ ਕਰੀਦੀ ਹੈ ਕਿ ਚਲੋ ਇਹ ਕੁਦਰਤ ਵੱਲੋਂ ਹੁੰਦੀ ਬਖਸ਼ ਕਿ ਪਿਆਰ ਜਿਹੜਾ ਇੰਨਾ ਮਿਲਦਾ ਜੇਕਰ ਮੈਂ ਜਸ ਪੰਜਾਬੀ ਨੂੰ ਤਾਂ ਹੈ ਹੀ ਹੈ ਤੁਸੀਂ 13 ਸਾਲ ਤੋਂ ਇੰਨਾ ਪਿਆਰ ਕਰਦੇ ਹੋ ਅਗਰ ਮੈਂ ਪਰਸਨਲ ਗੱਲ ਵੀ ਕਰਾਂ ਤਾਂ ਮੈਨੂੰ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਗਏ ਹਾਂ ਤਾਂ ਇਹੀ ਇਹ ਦੇਖਣ ਨੂੰ ਮਿਲਿਆ ਇਹੀ ਸੁਣਨ ਨੂੰ ਮਿਲਿਆ ਕਿ ਇਉਂ ਹੋਇਆ ਕਿ ਕਿਆ ਜਿਹੜਾ ਅਸੀਂ ਜਿਵੇਂ ਅਸੀਂ ਘਰ ਦਾ ਇੱਕ ਮੈਂਬਰ ਹੋਵਾਂ ਇਵੇਂ ਮੈਨੂੰ ਸਭ ਸਮਝਦੇ ਨੇ ਸੋ ਗੱਲਾਂ ਬਾਤਾਂ ਤੁਹਾਡੇ ਨਾਲ ਚੱਲਦੀਆਂ ਨੇ ਔਰ ਇੱਥੇ ਜਦੋਂ ਵੀ ਤੁਸੀਂ ਆਓ ਕੈਲੀਫੋਰਨੀਆ ਲੈਥਰੋਪ ਦੇ ਵਿੱਚ ਸਾਡਾ ਸਟੂਡੀਓ ਹੈਗਾ ਜੀ ਅਸੀਂ ਜ਼ਰੂਰ ਤੁਹਾਡਾ ਸਵਾਗਤ ਕਰਾਂਗੇ ਔਰ ਨਾਲ ਦੀ ਨਾਲ ਆਪਾਂ ਇੱਥੇ ਗੱਲਾਂ ਬਾਤਾਂ ਵੀ ਕਰਾਂਗੇ ਕੋਈ ਰਿਕਾਰਡਿੰਗ ਕਰਾਉਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਅਸੀਂ ਜ਼ਰੂਰ ਤੁਹਾਡੇ ਨਾਲ ਕਰਾਂਗੇ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਫਟਾਫਟ ਚੱਲਦੇ ਹਾਂ ਜੀ ਕਾਲਾਂ ਵੱਲ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਾਲਾਂ ਤੁਹਾਡੀਆਂ ਲਗਾਤਾਰ ਭਰੀਆਂ ਪਈਆਂ ਨੇ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੱਗੀ ਜੀ ਸਤਿ ਸ਼੍ਰੀ ਅਕਾਲ ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ ਧੀਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਫਰਾਈਡੇ ਵਾਲੇ ਦਿਨ ਓਪਨਿੰਗ ਸੈਰੇਮਨੀ ਦੇਖੀ ਆਪਣੇ ਜਸ ਪੰਜਾਬੀ ਨਵੇਂ ਸਟੂਡੀਓ ਦੀ ਬੜਾ ਸ਼ਾਨਦਾਰ ਪ੍ਰੋਗਰਾਮ ਟੀਵੀ ਤੇ ਆ ਰਿਹਾ ਸੀ ਦੇਖਿਆ ਬੜਾ ਆਨੰਦ ਮਾਣਿਆ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਸਾਰੀ ਮੈਨੇਜਮੈਂਟ ਨੂੰ ਬਹੁਤ ਬਹੁਤ ਮੁਬਾਰਕਾਂ ਅੱਛਾ ਹੁਣ ਮੈਂ ਗੱਲ ਕਰਨੀ ਚਾਹੁੰਦਾ ਆਪਣੇ ਨਗਰ ਕੀਰਤਨ ਆ ਰਹੇ ਨੇ ਇਹ ਆਪਣੇ ਨਗਰ ਕੀਰਤਨਾਂ ਦੇ ਵਿੱਚ ਲੰਗਰ ਵੀ ਵਰਤਾਇਆ ਜਾਣਾ ਭੀੜਾਂ ਵੀ ਬਹੁਤ ਜੁੜਨੀਆਂ ਨੇ ਉਹਦੇ ਵਿੱਚ ਜਿਹੜੇ ਕੋਰੋਨਾ ਵਾਇਰਸ ਅੱਜ ਕੱਲ੍ਹ ਏਡੀ ਖਤਰਨਾਕ ਬਿਮਾਰੀ ਫੈਲੀ ਹੋਈ ਆ ਉਹਦੇ ਵਾਸਤੇ ਇਹਨਾਂ ਨੂੰ ਪੂਰੀਆਂ ਪ੍ਰਕਾਸ਼ਨ ਜਿਹੜੇ ਪ੍ਰਕਾਸ਼ਨ ਉਹ ਵਰਤਣੇ ਚਾਹੀਦੇ ਨੇ ਸਾਵਧਾਨੀ ਵਰਤਣੀ ਚਾਹੀਦੀ ਆ ਤੇ ਉਹਦੇ ਲਈ ਲੋਕਾਂ ਨੂੰ ਪੂਰਾ ਟ੍ਰੇਨ ਕਰਨਾ ਚਾਹੀਦਾ ਉੱਥੇ ਸਾਰੇ ਵਾਸ਼ਰੂਮ ਚੰਗੀ ਤਰ੍ਹਾਂ ਹੋਣ ਕਲੀਨ ਹੋਣ ਸਾਫ਼ ਹੋਣ ਹਾਂਜੀ ਉੱਥੇ ਸਾਬਣ ਜਾਂ ਸੋਪ ਹੱਥ ਧੋਣ ਵਾਲਾ ਕੋਈ ਸਾਰਾ ਕੁਛ ਹੋਵੇ ਤੌਲੀਏ ਬਦਲੇ ਜਾਣ ਜਾਂ ਆਪਣੇ ਕੋਲ ਆਪਣੇ ਕੋਲੋਂ ਲੋਕੀ ਆਪਣੇ ਟਾਵਰ ਲੈ ਕੇ ਜਾਣ ਖਾਣ ਦਾ ਵੀ ਪੂਰਾ ਪੂਰਾ ਖਿਆਲ ਰੱਖਣ ਜੀ ਬਹੁਤ ਮਿਹਰਬਾਨੀ ਜੀ ਬਹੁਤ ਵਧੀਆ ਸੁਝਾਅ ਤੁਹਾਡਾ ਹਾਂਜੀ ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਵਿਮੈਨਸ ਡੇ ਹੁਣ ਤੁਸੀਂ ਦੇਖੋ ਵਿਮੈਨ ਡੇ ਤਾਂ ਸਰਕਾਰਾਂ ਮਨਾਉਂਦੀਆਂ ਨੇ ਠੀਕ ਹੈ ਤੇ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਔਰਤਾਂ ਦੇ ਉੱਤੇ ਬੱਚੀਆਂ ਦੇ ਉੱਤੇ ਜੁਰਮ ਹੋ ਰਹੇ ਨੇ ਜੀ ਅੱਜ ਤੋਂ ਭਾਰਤ ਵਿੱਚ ਹਾਂਜੀ ਅੱਜ ਤੋਂ ਘਰਾਂ ਵਾਲੀ ਦੱਸੋ ਲੇਰ ਸਾਈ ਦਾ ਵੀ ਕਦੇ ਅੱਗੇ ਤਾਂ ਧੀਆਂ ਦੀ ਇੰਨੀ ਕਦਰ ਹੁੰਦੀ ਸੀ 20-25 ਸਾਲ ਪਹਿਲਾਂ ਕਦੇ ਅਸੀਂ ਇਹ ਨਹੀਂ ਸੀ ਸੁਣਿਆ ਕਿਸੇ ਬੱਚੀ ਦਾ ਰੇਪ ਹੋਵੇ ਤੇ ਰੇਪ ਕਰਕੇ ਉਹਨੂੰ ਮਾਰ ਦਿੱਤਾ ਜਾਵੇ ਤੇ ਇਹ ਦੱਸੋ ਇੰਨਾ ਜ਼ੁਲਮ ਤੇ ਵਿਮੈਨ ਡੇ ਦਾ ਮਨਾਉਣ ਦਾ ਮਤਲਬ ਕੀ ਹੋਇਆ ਫਿਰ ਵਿਮੈਨ ਡੇ ਦੇ ਉੱਤੇ ਤੁਸੀਂ ਨੌਰਥ ਅਮੈਰੀਕਾ ਦੇ ਵਿੱਚ ਕੈਨੇਡਾ ਅਮੈਰੀਕਾ ਚ ਦੇਖ ਲਓ ਕਿ ਔਰਤਾਂ ਨੂੰ ਉਹਨਾਂ ਦੀ ਬਰਾਬਰ ਦੀ ਆਦਮੀਆਂ ਦੇ ਬਰਾਬਰ ਦੀ ਤਨਖਾਹ ਨਹੀਂ ਮਿਲਦੀ ਹਾਂਜੀ ਜੋਬਾਂ ਤੇ ਵਿਤਕਰਾ ਹੁੰਦਾ ਉਹਨਾਂ ਦਾ ਸੈਕਸੁਅਲ ਹਰਾਸਮੈਂਟ ਹੁੰਦਾ ਔਰਤਾਂ ਦਾ ਤੇ ਫਿਰ ਤੁਸੀਂ ਦੇਖੋ ਵੀ ਕਾਨੂੰਨ ਬਣਾ ਦੇਣੇ ਔਰਤਾਂ ਦੇ ਹੱਕ ਵਿੱਚ ਕਾਫੀ ਨਹੀਂ ਕਾਨੂੰਨ ਦੇ ਵਿੱਚ ਬਰਾਬਰ ਦੀਆਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਪੂਰੀਆਂ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ ਫਿਰ ਦੇਖੋ ਹਾਂਜੀ ਓਕੇ ਜੀ ਥੈਂਕ ਯੂ ਤੁਹਾਡਾ ਬਹੁਤ ਥੈਂਕ ਯੂ ਹੈਲੋ ਹੈਲੋ ਇਹ ਮੇਰੇ ਖਿਆਲ ਧਿਆਨ ਫੋਨ ਵੱਲ ਨਹੀਂ ਹੈ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੀ ਕਾਲ ਲਾਈਵ ਲੱਗੀ ਹੈ ਹਾਂਜੀ ਹਾਂਜੀ ਇੰਦਰਜੀਤ ਸਿੰਘ ਥਿੰਦ ਬੋਲ ਰਿਹਾ ਜੀ ਥਿੰਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਵੂਮੈਨਸ ਡੇ ਦੇ ਉੱਤੇ ਜਿਹੜੀ ਅੱਜ ਮੈਂ ਜੋ ਕੁਛ ਪਹਿਲੇ ਤਾਂ ਮੈਂ ਜਿਹੜੇ ਮਹਾਨ ਇਨਸਾਨ ਹੋਏ ਉਹਨਾਂ ਦੇ ਕੁਛ ਕੋਟ ਕਰਾਂਗਾ ਦੋ ਦੋ ਲਾਈਨਾਂ ਜ਼ਰੂਰ ਤੇ ਸਭ ਤੋਂ ਪਹਿਲੇ ਪ੍ਰੋਫੈਸਰ ਪੂਰਨ ਸਿੰਘ ਜੀ ਜੀ ਪੂਰਨ ਕਿੰਜ ਬਣਦਾ ਤੂੰ ਸ਼ਹਿਰ ਜੇਕਰ ਮੈਂ ਨਾ ਮਰਦੀ ਪੂਰਨ ਕਿੰਜ ਬਣਦਾ ਤੂੰ ਸ਼ਹਿਰ ਜੇਕਰ ਮੈਂ ਨਾ ਮਰਦੀ ਜੀ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਤੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਆਈਏ ਪ੍ਰੋਫੈਸਰ ਮੋਹਨ ਸਿੰਘ ਜੀ ਤੋਂ ਜੀ ਮਾਨ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਇਆ
ਇਸ ਤੋਂ ਛਾਂ ਉਧਾਰੀ ਲੈ ਕੇ ਅਸੀਂ ਰੱਬ ਨੇ ਸਵਰਗ ਬਣਾਇਆ ਜੀ। ਇਹ ਸਾਡੇ ਜਿਹੜੇ ਮਤਲਬ ਔਰਤ ਨੂੰ ਇੰਨੀ ਇੰਪੋਰਟੈਂਸ ਦਿੱਤੀ ਸਾਡੇ ਪੰਜਾਬੀ ਦੇ ਲਿਖਾਰੀਆਂ ਨੇ। ਬਿਲਕੁਲ ਜੀ। ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ 550 ਸਾਲ ਪਹਿਲੇ ਕਹਿਤਾ ਸੀ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ ਜੀ। ਬਿਲਕੁਲ। ਜਿਹੜੀ ਕੰਮ ਅੱਜ UN ਨੂੰ ਕਰ ਰਹੀ ਹੈ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲੇ ਕਰ ਦਿੱਤਾ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਹਾਂਜੀ। ਚੌਥੀ ਐਗਜ਼ਾਮਪਲ ਹੈਗੀ ਹੈ ਅਬਰਾਹਮ ਲਿੰਕਨ ਦੀ। ਠੀਕ ਹੈ ਜੀ। ਉਹਨਾਂ ਨੇ ਕਿਹਾ ਸੀ, ਗਿਵ ਮੀ ਆਲ ਦਾ ਮਦਰਸ ਆਫ ਦਾ ਵਰਲਡ, ਆਈ ਕੈਨ ਰੂਲ ਦਾ ਵਰਲਡ। ਮੈਨੂੰ ਦੁਨੀਆਂ ਦੇ ਸਾਰੀਆਂ ਮਾਵਾਂ ਦੇ ਦਿਓ, ਮੈਂ ਦੁਨੀਆਂ ਤੇ ਰਾਜ ਕਰ ਸਕਦਾ ਜੀ। ਹਾਂਜੀ, ਇਹ ਤਾਂ ਚਾਰ ਕੋਟ ਸੀਗੇ। ਹੁਣ ਮੈਂ ਉਹਨਾਂ ਆਪਣੇ ਆਪ ਤੇ ਜੀ, ਮੈਂ ਅੱਜ ਆਪਣੀ ਜ਼ਿੰਦਗੀ ਜੋ ਕੁਛ ਵੀ ਆ ਮੈਂ ਆਪਣੀ ਮਾਤਾ ਦੀ ਵਜ੍ਹਾ ਕਰਕੇ ਜੀ ਅੱਜ ਮੈਂ ਤੁਹਾਡੇ ਨਾਲ ਗੱਲ ਵੀ ਕਰ ਰਿਹਾ। ਅਗਰ ਫੋਨ ਦੇ ਉੱਤੇ ਜਾਂ ਕਿਸੇ ਵੀ ਸਟੇਜ ਦੇ ਉੱਤੇ ਗੱਲ ਕਰਦਾ ਤਾਂ ਉਹ ਮੇਰੀ ਮਾਤਾ ਦੀ ਵਜ੍ਹਾ ਤੋਂ। ਜਦੋਂ ਮੈਂ 6-7 ਸਾਲ ਦਾ ਸੀ ਜੀ, ਤੇ ਮੇਰੇ ਮਾਤਾ ਜੀ ਨੇ ਮੈਨੂੰ ਪਹਿਲੀ ਵਾਰ ਸਟੇਜ ਤੇ ਭੇਜਿਆ ਕਵਿਤਾ ਬੋਲਣ ਵਾਸਤੇ। ਵਾਹ ਜੀ। ਜਦੋਂ ਮੈਂ 7ਵੀਂ 8ਵੀਂ ਚ ਪੜ੍ਹਦਾ ਸੀ ਤਾਂ ਜਪਜੀ ਸਾਹਿਬ ਦੇ ਕੰਪੀਟੀਸ਼ਨ ਵਿੱਚ ਮੇਰੇ ਮਾਤਾ ਜੀ ਨੇ ਮੇਰਾ ਨਾਂ ਲਿਖਾਇਆ। ਵਾਹ ਜੀ। ਸੋ ਇਹ ਹੈ ਰਿਐਲਿਟੀ। ਬਿਲਕੁਲ ਜੀ। ਔਰਤ ਦੀ ਇਹ ਹੈ ਰਿਐਲਿਟੀ ਔਰਤ ਦੀ। ਤੇ ਸਾਡਾ ਸਲਾਮ ਹੈ ਦੁਨੀਆਂ ਭਰ ਦੀਆਂ ਸਾਰੀਆਂ ਔਰਤਾਂ ਨੂੰ ਅੱਜ। ਬਿਲਕੁਲ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬਿਲਕੁਲ ਸਲਿਊਟ ਹੈ ਜੀ ਸਾਰੀਆਂ ਔਰਤਾਂ ਨੂੰ। ਅਸੀਂ ਗੱਲ ਕਰਦੇ ਹਾਂ ਬਾਕੀ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਨੇ, ਜਿਨ੍ਹਾਂ ਨੇ ਇਤਿਹਾਸ ਸਿਰਜਿਆ, ਉਹਨਾਂ ਦਾ ਵੀ ਬਹੁਤ ਬਹੁਤ ਉਹਨਾਂ ਨੂੰ ਸਲਿਊਟ ਕਰਦੇ ਹਾਂ। ਅਤੇ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜਿਹੜਾ ਅਤੇ ਲਾਈਵ ਚੱਲ ਰਿਹਾ, ਕਾਲ ਕਰਕੇ ਗੱਲਬਾਤ ਆਪਾਂ ਕਰ ਸਕਦੇ ਹਾਂ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਇਸ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਚੱਲਦੇ ਹਾਂ ਕਾਲਾਂ ਵੱਲ। ਕੀ ਵਿਚਾਰ ਨੇ ਤੁਹਾਡੇ, ਕੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਸਾਡੇ ਲੱਖਾਂ ਪੰਜਾਬੀ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨਾਲ? ਹੈਲੋ ਜੀ, ਜੱਗੀ ਸਾਹਿਬ। ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੇਰੇ ਵੀਰ ਜੀ। ਹੋਰ ਸੁਣਾਓ, ਦੇਖਿਆ ਪ੍ਰੋਗਰਾਮ ਉਹਦੇ ਨਾਲ? ਜੀ ਰੱਖੇ ਰੱਬ ਮੇਰੇ ਵੀਰ ਨੂੰ, ਬਸ ਮੈਂ ਇਹੀ ਦੁਆਵਾਂ ਕਰਦਾ ਰੱਬ ਅੱਗੇ ਜੀ, ਅਸ਼ੀਰਵਾਦ ਤੁਹਾਡੀ ਚੜ੍ਹਦੀ ਕਲਾ ਰਵੇ ਤੇ ਤੁਹਾਡੇ ਪ੍ਰੋਗਰਾਮ ਦੀ ਚੜ੍ਹਦੀ ਕਲਾ ਰਵੇ ਤੇ ਮੋਦੀ ਸਾਹਿਬ ਵੀ ਮੁੱਕਰ ਗਏ, ਕਹਿੰਦੇ ਐਤਕੀ ਨਹੀਂ ਹੋਲੀ ਮਨਾਉਣੀ। ਬੀਬੀਆਂ ਕਹਿੰਦੀਆਂ ਅਸੀਂ ਮਨਾਉਣੀ ਆ, ਉਹਨਾਂ ਨੇ ਮਨਾਈ ਚੰਗੀ ਰੱਖ ਕੇ। ਅੱਜ ਮੈਂ ਵੇਖਦਾ ਸੀਗਾ ਬਾਹਰਲੇ ਮੁਲਕਾਂ 'ਚ ਵੀ ਮੇਰੇ ਖਿਆਲ ਬਹੁਤ ਜਗ੍ਹਾ ਹੁੰਦੀ ਤਾਂ ਹੈ, ਕਰਦੇ ਹੈਗੇ ਸ਼ਗਨ ਵਿਹਾਰ ਜਿਹਾ ਹੋਲੀ ਦਾ। ਹਾਂਜੀ ਹਾਂਜੀ। ਚਲੋ ਮਿਹਰਬਾਨੀ ਜੀ, ਬਹੁਤ ਪਿਆਰ ਕਰਨ ਵਾਸਤੇ ਰਾਜਕੁਮਾਰ ਜੀ, ਮਿਹਰਬਾਨੀ ਜੀ ਤੁਹਾਡੀ ਬਹੁਤ ਬਹੁਤ। ਥੈਂਕ ਯੂ ਸਰ ਜੀ, ਥੈਂਕ ਯੂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ ਆ? ਵਧੀਆ ਜੀ ਵਧੀਆ। ਸਤਿ ਸੁਰਿੰਦਰ ਸਿੰਘ ਜੀ, ਵਧੀਆ। ਉਦੋਂ ਫਿਰ ਚੱਲ ਗਿਆ ਸੀ ਉਹ ਦਿਨ ਕਿ ਰੁਕੇ ਸੀਗੇ? ਨਹੀਂ ਵਧੀਆ। ਚਲੋ ਬੜੀ ਮਿਹਰਬਾਨੀ ਜੀ ਆਉਣ ਵਾਸਤੇ, ਜਿੰਨੇ ਵੀ ਸਾਡੇ ਕਦਮ ਇੱਥੇ ਚੱਲ ਕੇ ਸਾਡੇ ਸਾਰੇ ਸਿਰ ਮੱਥੇ, ਬੜਾ ਧੰਨਵਾਦ ਕਰਦੇ ਸਭ ਦਾ। ਗਿਆਨ ਸੁਣ ਲਾਮਾ ਜਿਹੜਾ ਉਹ ਵਧੀਆ ਦੇ ਗਿਆ। ਮੈਂ ਕਿਹਾ ਉਹ ਗਿਆਨ ਸੁਣ ਘਰ ਬੈਠਾ ਹੀ ਉੱਥੇ ਸਾਨੂੰ ਕੋਲ ਹੁੰਦਿਆਂ ਨਾਲ ਮਿਲਾਇਆ, ਜੇ ਕਿਨੇ ਪਰਿਵਾਰ ਦੇ ਗਿਆਨ ਤੁਹਾਨੂੰ। ਪਰ ਇੱਕ ਗੱਲ ਬਹੁਤ ਵਧੀਆ ਲੱਗੀ ਮੈਨੂੰ, ਜਿੱਦਾਂ ਜਿਹੜੀ ਤੁਹਾਡੀ ਲੜਕੀ ਸੀ ਆਪਣੇ ਪਹਿਣੀ ਸੰਧੂ ਦੀ, ਹਾਂਜੀ, ਤੇ ਜਦੋਂ ਅਸੀਂ ਤੁਰੇ ਆ ਅਸੀਂ ਇੱਧਰ ਜਿਹੜੇ ਬਾਥਰੂਮ ਵਾਲਾ ਸਾਡੀ ਕਾਰ ਖੜੀ ਸੀ, ਉਹ ਬੇਟੀ ਸੀ ਸਾਡੀ ਨਾਲ ਇੱਕ, ਉਹ ਕਹਿੰਦੀ ਮੈਂ ਮਿਲਣਾ ਤੇ ਉਹਨੂੰ। ਅਸੀਂ ਕਿਹਾ ਉਹ ਦੇਖ ਲਓ ਕਾਰ ਤੇ ਸਾਨੂੰ ਛੱਡਣ ਆਈ ਤੇ ਉਹਨਾਂ ਗੱਲਾਂ ਬਾਤਾਂ ਕਰਕੇ ਬੇਟੀ ਨਾਲ ਐਨ ਸਾਨੂੰ ਕਾਰ ਚ ਬਿਠਾਲ ਕੇ ਤੋਰ ਕੇ, ਤਾਂ ਫੇਰ ਉਹ ਗੁੱਡੀ ਕੇ ਮੈਨੂੰ ਨਾਂ ਨੀ ਆਉਂਦਾ ਜਿਹੜੀ ਆਪਣੀ ਤੁਹਾਡੇ ਜਨਨੀ ਧਰਤੀ ਵਾਂਗ ਵਿਸ਼ਾਲ, ਰੁੱਖ ਤੇ ਬੂਟੇ ਧੀਆਂ ਪੁੱਤਰ ਮੇਰੇ ਆਲੇ ਦੁਆਲੇ, ਸਦੀਆਂ ਤੋਂ ਮੈਂ ਪੁੱਛ ਰਹੀ ਹਾਂ ਇੱਕੋ ਇੱਕ ਸਵਾਲ, ਮੈਨੂੰ ਤੇ ਧਰਤੀ ਨੂੰ ਬੰਦਿਓ ਕਿਉਂ ਕੀਤਾ ਬਦਹਾਲ, ਮੇਰੀ ਗੋਡੀ ਅੰਦਰ ਖੇਡੇ ਰਾਮ ਜਿਹੇ ਭਗਵਾਨ, ਕ੍ਰਿਸ਼ਨ ਕਹੀਆ ਈਸਾ ਨਾਨਕ ਮੇਰੀ ਹੀ ਸੰਤਾਨ, ਗੁਰੂ ਨਾਨਕ ਨੇ ਆਪ ਕਿਹਾ ਸੀ ਸੁਣਦੇ ਨਹੀਂ ਨਦਾਨ, ਕਿਉਂ ਉਸ ਨੂੰ ਹੋ ਮੰਦਾ ਕਹਿੰਦੇ ਹੋ ਜੋ ਜਨਮੇ ਰਾਜਾਨ,
ਕੁੜੀ ਮਾਰ ਇਸ ਦੇਸ਼ ਨੂੰ ਆਖੋ ਫਿਰ ਵੀ ਬੜਾ ਮਹਾਨ, ਕੁੜੀ ਮਾਰ ਇਸ ਦੇਸ਼ ਨੂੰ ਆਖੋ ਫਿਰ ਵੀ ਬੜਾ ਮਹਾਨ, ਆਦਮ ਖਾਣੀ ਹੋ ਗਈ ਇੱਥੇ ਆਦਮ ਦੀ ਹੀ ਸੰਤਾਨ, ਮਾਂ ਗੁਜਰੀ ਦੇ ਵਾਰਸ ਹਾਂ ਮੈਂ ਉਸੇ ਦੀ ਸੰਤਾਨ, ਮੈਂ ਤਾਕਤ ਹਾਂ ਧਰਮ ਕਰਮ ਦੀ ਸਿਦਕ ਚ ਮੇਰੀ ਜਾਨ, ਆਵੇ ਬੰਦਿਆ ਰਲ ਕੇ ਤੁਰੀਏ ਜਿੱਤੀਏ ਆਪਾਂ ਜੱਗ ਜਹਾਨ, ਤੇਰੇ ਬਿਨ ਮੈਂ ਮੇਰੇ ਬਿਨ ਤੂੰ, ਤੇਰੇ ਬਿਨ ਮੈਂ ਮੇਰੇ ਬਿਨ ਤੂੰ, ਬਿਲਕੁਲ ਜਿਵੇਂ ਸ਼ਮਸ਼ਾਨ, ਚੁੱਪ ਚ ਬੀਤੇ ਮਰ ਨਾ ਜਾਵੇ ਸਾਡਾ ਦੀਨ, ਮਾਨ ਜੱਗੀ ਜੀ ਚੁੱਪ ਚ ਬੀਤੇ ਮਰ ਨਾ ਜਾਵੇ ਸਾਡਾ ਦੀਨ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗੀ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਹਾਂਜੀ, ਮੈਂ ਹਲੇ ਤੋਂ ਪੁਰਸੇ ਬੋਲ ਰਿਹਾ ਹਾਂ। ਜੀ ਜੀ ਜੀ, ਸਵਾਗਤ ਹੈ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਉਦਣ ਓਪਨਿੰਗ ਸੈਰੇਮਨੀ ਦਾ ਜੀ ਬਹੁਤ ਚੈਨਲ ਓਪਨ, ਬਹੁਤ ਵਧੀਆ ਪ੍ਰੋਗਰਾਮ ਸੀਗਾ। ਚਲੋ, ਬੜੀ ਅਸੀਂ ਸਾਰਾ ਪੰਜਾਬੀਆਂ ਬੜੇ ਪੰਜਾਬੀਆਂ ਦੇ ਸਹਿਯੋਗ, ਪੰਜਾਬੀਆਂ ਦੇ ਆਸ਼ੀਰਵਾਦ ਨਾਲ ਹੀ ਹੋਇਆ ਜੀ ਸਾਰਿਆਂ ਦੇ। ਹਾਂ, ਬਹੁਤ ਬਹੁਤ ਵਧੀਆ ਪ੍ਰੋਗਰਾਮ ਸੀਗਾ, ਬਹੁਤ ਵਧੀਆ ਆਨੰਦ ਆਇਆ ਜੀ। ਥੈਂਕ ਯੂ। ਤੇ ਜੀ, ਹੁਣ ਕੱਲ ਆਪਣਾ ਸੀਗਾ ਇਸਤਰੀ ਦਿਵਸ ਜੀ। ਆਪਣੇ ਪੰਜਾਬ ਦੇ ਵਿੱਚ ਬਹੁਤ ਮਹਾਨ ਹਸਤੀਆਂ ਹੋਈਆਂ ਜੀ, ਮਾਤਾ ਗੁਜਰ ਕੌਰ ਜੀ ਜੀ, ਮਾਤਾ ਸਾਹਿਬ ਕੌਰ ਜੀ ਜੀ, ਆਪਣੇ ਮਾਈ ਭਾਗੋ ਜੀ, ਤੇ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ। ਬਿਲਕੁਲ, ਬਹੁਤ ਹੀ ਜਿਹੜੀ ਸਤਿਕਾਰ ਯੋਗ ਬੀਬੀਆਂ ਨੇ, ਮਾਤਾਵਾਂ ਨੇ, ਭੈਣਾਂ ਨੇ। ਹਾਂਜੀ, ਤੇ ਜਿਹਨੇ ਆਪਣਾ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੇ ਭਾਈ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ। ਦੇਖੋ ਜੀ, ਕਿੱਥੇ ਜਿਹਨੇ ਪੰਜਾਬ ਦਾ ਨਾਮ ਜਿਹੜਾ ਹੁਣ ਵਰਲਡ ਦੇ ਵਿੱਚ ਪਹਿਲੇ ਨੰਬਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਹਨਾਂ ਦਾ ਨਾਮ ਆਇਆ। ਹਾਂਜੀ, ਪਹਿਲੇ ਨੰਬਰ ਤੇ ਆਇਆ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ, ਉਹ ਬਹੁਤ ਹੀ ਬਹੁਤ ਸ਼ਾਨਦਾਰ ਸੁਖੀ, ਇਹਦੇ ਹਰ ਕੌਮ ਸੁਖੀ ਸੀ ਜੀ। ਜੀ ਜੀ, ਬਿਲਕੁਲ ਜੀ, ਠੀਕ ਹੋ ਜੀ। ਜਿਹੜਾ ਉਹ ਪਹਿਲੇ ਨੰਬਰ ਤੇ ਵਰਲਡ ਦੇ ਵਿੱਚ ਆਇਆ, ਸਾਰੇ ਰਾਜਾਂ ਦੇ ਵਿੱਚੋਂ ਸਾਰੇ ਰਾਜ ਪਹਿਲੇ ਨੰਬਰ ਤੇ ਆਇਆ। ਬਿਲਕੁਲ ਜੀ, ਬਿਲਕੁਲ ਬਿਲਕੁਲ। ਲਿਖਿਆ ਕਵੀ ਸ਼ਾਹ, ਆਪਣੇ ਸ਼ਾਹ ਮੁਹੰਮਦ ਨੇ ਲਿਖਿਆ ਉਸ ਟਾਈਮ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਹੋਇਆ ਪੈਦਾ ਜੀ, ਤੇ ਨਾਲ ਜ਼ੋਰ ਦੇ ਰਾਜ ਕਮਾ ਗਿਆ ਜੀ, ਕੋਟ ਕਾਂਗੜਾ ਜੰਮੂ ਕਸ਼ਮੀਰ ਚੰਬਾ ਜੀ। ਅੱਛਾ ਰਾਜ, ਅੱਛਾ ਰਜ ਕੇ ਰਾਜ ਕਮਾ ਗਿਆ ਜੀ, ਸ਼ਾਹ ਮੁਹੰਮਦ ਦਾ ਅੱਛਾ ਪੰਜਾਹ ਵਰਸ਼ਾ ਜੀ, ਅੱਛਾ ਰਜ ਕੇ ਰਾਜ ਕਮਾ ਗਿਆ ਜੀ। ਜੀ ਬਿਲਕੁਲ, ਬਹੁਤ ਮਿਹਰਬਾਨੀ। ਹਾਂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬੜਾ ਵਧੀਆ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਅਗਰ ਅਸੀਂ ਗੱਲ ਔਰਤ ਦੀ ਕਰੀਏ ਤੇ ਭਾਰਤ ਦੀ ਗੱਲ ਕਰੀਏ, ਨਾਲ ਜੋੜੀਏ ਭਾਰਤ ਦੇ ਨਾਲ ਔਰਤ ਨੂੰ, ਤਾਂ ਉੱਥੇ ਹਾਲੇ ਵੀ ਉਹ ਸਤਿਕਾਰ ਔਰਤ ਨੂੰ ਨਹੀਂ ਦਿੱਤਾ ਜਾਂਦਾ ਜਿਹੜਾ ਮਿਲਣਾ ਚਾਹੀਦਾ। ਨਿਰਭੈ ਦੀ ਆਪਾਂ ਗੱਲ ਕਰਦੇ, ਉਹ ਲੜਕੀ ਵਿਚਾਰੀ ਜਿਹੜੀ ਬੱਸ ਦੇ ਵਿੱਚ ਉਹਨਾਂ ਨੇ ਗੈਂਗਰੇਪ ਕਰਕੇ ਉਦੋਂ ਮਾਰਤੀ ਸੀਗੀ, 3 ਵਾਰ ਉਹਦੀ ਫਾਂਸੀ ਟਲ ਚੁੱਕੀ ਹੈ। ਹੁਣ 20 ਮਾਰਚ ਉਹਦੀ ਤਰੀਕ ਉਹਨਾਂ ਨੇ ਰੱਖੀ ਹੈ, ਅਤੇ ਹੁਣ ਰੱਬ ਜਾਣਦਾ ਵੀ ਕਿਉਂ ਟਲਦੀ ਸੀਗੀ, ਅਤੇ ਹੁਣ 20 ਨੂੰ ਹੋਊ ਕਿ ਨਹੀਂ ਹੋਊਗੀ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਥੋੜ੍ਹਾ ਬਹੁਤ ਟਾਈਮ ਹੈ, ਇਸ ਕਰਕੇ ਕੱਲ੍ਹ ਇੱਕ ਦੋ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਸਤਿ ਸ਼੍ਰੀ ਅਕਾਲ, ਮੈਂ ਪਰਮਜੀਤ ਕੌਰ ਬੋਲਦੀ ਹਾਂ, ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ, ਪਰਮਜੀਤ ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਕਹਿਣਾ ਚਾਹੁੰਦੀ ਹਾਂ, ਪਹਿਲਾਂ ਤਾਂ ਇੱਕ ਥੋੜ੍ਹਾ ਜਿਹਾ ਹੈਗਾ ਬਈ, ਆਮ ਤੌਰ 'ਤੇ ਜਿਹੜੀ ਸ਼ਬਦਾਵਲੀ ਹੈ ਉਹ ਸਾਡੇ ਆਮ ਪੰਜਾਬੀ ਲੋਕ ਔਰਤਾਂ ਲਈ ਕੋਈ ਬਹੁਤੀ ਚੰਗੀ ਸ਼ਬਦਾਵਲੀ ਨਹੀਂ ਯੂਜ਼ ਕਰਦੇ। ਜਿਸ ਤਰ੍ਹਾਂ ਕਿ ਲਿਖਣ ਵਿੱਚ ਤਾਂ ਲਿਖ ਦੇਣਗੇ ਬੀਬੀਆਂ, ਭੈਣਾਂ, ਮਾਤਾਵਾਂ, ਜਾਂ ਸਟੇਜ ਤੋਂ ਬੋਲਣਾ, ਪਰ ਜਦੋਂ ਪਬਲਿਕਲੀ ਨਹੀਂ ਹੁੰਦੇ, ਉਹ ਔਰਤਾਂ ਨੂੰ ਤੁਸੀਂ ਨੋਟ ਕਰਿਆ ਹੋਵੇ, ਬੁੜੀਆਂ, ਉਹ ਕਹਿਣਗੇ ਬੰਦੇ ਇੱਧਰ ਪੈ ਜਾਣਗੇ, ਬੁੜੀਆਂ ਇੱਧਰ ਪੈ ਜਾਣਗੀਆਂ। ਮੈਂ ਕਹਿੰਦੀ ਬੁੜੇ ਕਿਉਂ ਨੀ ਕਹਿੰਦੇ ਤੁਸੀਂ? ਬੁੜੇ ਇੱਧਰ ਤੇ ਬੁੜੀਆਂ ਇੱਧਰ ਬੈਠੇ ਕਿਉਂ ਕਹਿੰਦੇ? ਬੰਦੇ ਨੂੰ ਤੁਸੀਂ ਤਾਂ ਬੰਦੇ ਆ, ਬਰਾਤ ਰੋਟੀ ਖਾਊਗੀ, ਫਿਰ ਬੰਦੇ ਖਾ ਲੈਣਗੇ, ਫਿਰ ਬੁੜੀਆਂ ਆ ਜਾਣਗੀਆਂ। ਉਹਨਾਂ ਨੇ ਕੀ ਕਰਨਾ? ਹਾਂਜੀ, ਮਾਮਾ ਜੀ ਦੇ ਮੁੰਡੇ ਦਾ ਵਿਆਹ, ਮੈਂ 10ਵੀਂ ਚ ਪੜ੍ਹਦੀ ਸੀ, ਤਾਂ ਜਦੋਂ ਉਹਨਾਂ ਨੇ ਕਿਹਾ ਕਿ ਬਰਾਤ ਖਾ ਲਈ, ਉਹ ਤੋਂ ਬਾਅਦ ਬੰਦੇ ਖਾਣਗੇ ਫਿਰ ਬੁੜੀਆਂ? ਮੈਂ ਕਿਹਾ ਮੈਂ ਕਿਹੜੇ ਬੁੜੀ ਆ, ਮੈਂ ਬੰਦਿਆਂ ਵਾਲੇ ਚ ਜਾ ਕੇ ਪੇਟ ਫਾੜ ਲਈ ਤਾਂ ਉੱਥੇ ਕੁਛ ਹੈ ਨਾ। ਮੈਨੂੰ ਮੇਰੇ ਵੱਡੇ ਮੰਮੀ ਦੇ ਮੁੰਡੇ ਨੇ ਘੂਰਿਆ, ਕਹਿੰਦਾ ਚੱਲ ਤਾਂ ਚੱਲ ਬੁੜੀਆਂ ਖਾਣਗੀਆਂ। ਮੈਂ ਕਿਹਾ ਮੈਂ ਕਿਉਂ ਬੁੜੀ ਆ? ਫਿਰ ਮੈਂ ਸਮਝੀ ਨੀ, ਸਾਰੀਆਂ ਕੁੜੀਆਂ ਨੂੰ ਬੁੜੀਆਂ ਕਹਿੰਦੇ, ਲੇਡੀਜ਼ ਨੂੰ ਬੁੜੀਆਂ ਹੀ ਕਹਿੰਦੇ ਨੇ। ਹਾਂਜੀ, ਇੱਕ ਤਾਂ ਮੈਂ ਕਹਿੰਦੀ ਸ਼ਬਦਾਵਲੀ ਸਾਨੂੰ ਚੇਂਜ ਕਰਨੀ ਚਾਹੀਦੀ।
ਸੁਧਾਰਨ ਦੀ ਲੋੜ ਹੈ। ਬੀਬੀਆਂ ਬੀਬੀਆਂ ਕਹਿ ਤੂੰ, ਬੀਬੀਆਂ ਨੇ ਘਰ ਬੈਠਣਾ, ਬੰਦੇ ਤੇ ਬੀਬੀਆਂ ਕਹਿਣ, ਬੁੜੀਆਂ ਨਾ ਕਹਿਣ। ਕਈ ਤਾਂ ਸਤਿਕਾਰ ਨਾਲ ਬੋਲਦੇ ਨੇ, ਕਈ ਤਾਂ ਕਰਦੇ ਨੇ, ਪਰ ਕਈ ਹਾਂਜੀ ਸਤਿਕਾਰ ਨਾਲ ਕਹਿੰਦੇ ਨੇ ਵੀ ਹਾਂਜੀ ਮਤਾਵਾਂ। ਇੱਧਰ ਮੈਂ ਗਈ ਆ ਆਪਣੇ ਇੱਥੇ ਇੱਧਰ ਦੋਦੜਾ, ਇੱਕ ਵਾਰੀ ਕੋਈ ਦੀਵਾਨ ਅਟੈਂਡ ਕਰਨ, ਉੱਥੇ ਸਾਰੇ ਉਹਨਾਂ ਨੇ ਲਾਏ ਹੋਏ ਵੀਰਾਂ ਵਾਸਤੇ ਰਸਤਾ, ਭੈਣਾਂ ਵਾਸਤੇ, ਵੀਰਾਂ ਤੇ ਭੈਣਾਂ ਦਾ ਏਦਾਂ। ਪਰ ਇੱਥੇ ਆਪਣੇ ਸਾਡੇ ਜਿਹੜੇ ਆਮ ਆਦਰ ਹੈਗਾ ਪੰਜਾਬ ਦਾ ਇਲਾਕਾ, ਸਾਰੇ ਕਹਿਣਗੇ ਬੁੜੀਆਂ। ਅੱਛਾ ਤੇ ਦੂਜੀ ਗੱਲ, ਮੈਨੂੰ ਇੱਕ ਇਹ ਗਿਲਾ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਬਹੁਤ ਲੈਕਚਰ ਵੀ ਦਿੱਤੇ ਜਾਂਦੇ ਆ ਵੀ ਬੀਬੀਆਂ ਮਾਈ ਭਾਗੋ ਦੇ ਬਰਾਬਰ ਹੈ, ਇਹ ਮਾਤਾ ਗੁਜਰ ਕੌਰ ਦੇ ਬਰਾਬਰ ਬੀਬੀ ਹੈ, ਪਰ ਪ੍ਰੈਕਟੀਕਲੀ ਉਹਨਾਂ ਨੂੰ ਦਰਜਾ ਨੀ ਦਿੰਦੇ। ਹੁਣ ਦੇਖੋ ਗ੍ਰੰਥੀ ਦੀ ਸੇਵਾ ਬੀਬੀ ਨੂੰ ਨੀ ਛੇਤੀ ਕਿਤੇ ਦਿੰਦੇ, ਛੇਤੀ ਕਿਤੇ ਕਿ ਦਿੰਦੇ ਹੀ ਨੀ ਗ੍ਰੰਥੀ ਬੀਬੀ ਹੋਵੇ। ਜੇ ਕਿਤੇ ਹੋਵੇ ਉਹਨੂੰ ਸਪੇਅਰ ਟਾਇਰ ਵਾਂਗੂ ਯੂਜ ਕਰਦੇ ਨੇ ਵੀ ਜਿੱਦਣ ਮੇਨ ਦੀਵਾਨ ਹੈ ਉਦਣ ਫਿਰ ਬਹੁਤ 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 ਧੰਨਵਾਦ ਕਰਦੇ ਆ ਜਿੰਨੇ ਘਰਾਂ ਚ ਬੈਠੇ ਪੰਜਾਬੀ ਸਾਨੂੰ ਦੇਖਦੇ ਨੇ ਰੋਜ਼, ਤੇ ਜਿੰਨੇ ਸਾਡੇ ਇੱਥੇ ਪ੍ਰੋਗਰਾਮ ਤੇ ਚੱਲ ਕੇ ਆਏ ਸੀ, ਸਭ ਦਾ ਬਹੁਤ ਧੰਨਵਾਦ ਕਰਦੇ। ਕਾਲਾਂ ਤੁਹਾਡੀਆਂ ਹਜੇ ਵੀ ਆ ਰਹੀਆਂ, ਕੱਲ੍ਹ ਨੂੰ ਕੋਈ ਨਾ ਕੋਈ ਵਿਸ਼ਾ ਰੱਖ ਕੇ ਫਿਰ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਸੁੱਖ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਈਮੇਲ ਨੋਟ ਕਰ ਲਓ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਆ ਜਾਂ ਮੇਰਾ ਸੈੱਲ ਨੰਬਰ ਵੀ ਹੈਗਾ। ਤੁਹਾਡੇ ਆਲੇ ਦੁਆਲੇ ਕੋਈ ਈਵੈਂਟ ਹੁੰਦੀ ਹੈ, ਤੁਸੀਂ ਕੋਈ ਸੱਭਿਆਚਾਰਕ, ਚਾਹੇ ਆਪਾਂ ਧਾਰਮਿਕ ਦੀ ਗੱਲ ਕਰੀਏ, ਚਾਹੇ ਕੋਈ ਸਾਡੀ ਕਮਿਊਨਿਟੀ ਦਾ ਹੋਰ ਕੋਈ ਵੀ ਕਿਤੇ ਕੰਮ ਹੁੰਦਾ ਤਾਂ ਸਾਨੂੰ ਫੋਨ ਕਰੋ 209-450-3362 'ਤੇ, ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਵਾਹ ਲੱਗਦੀ ਨੂੰ ਉੱਥੇ ਪਹੁੰਚਾਂਗੇ। ਪਰ ਜੇ ਨਹੀਂ ਵੀ ਪਹੁੰਚ ਸਕਦੇ ਫਿਰ ਤੁਸੀਂ ਸਾਨੂੰ ਆਪਦੀ ਵੀਡੀਓ ਜਿਹੜੀ ਆ ਫੋਨ 'ਤੇ ਬਣਾ ਕੇ ਵੀ ਭੇਜ ਸਕਦੇ ਹੋ, ਤਾਂ ਅਸੀਂ ਕੈਲੀਫੋਰਨੀਆ ਡੈਰੀ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।